ਅਗਲੀ ਦੀਪਕ ਜੀ ਗੱਲ ਕਰਦੇ ਜਾਈਏ 224 ਦੀਆਂ ਇਲੈਕਸ਼ਨਾਂ ਨਜ਼ਦੀਕ ਜਿਹੜੀਆਂ ਉਹ ਆ ਰਹੀਆਂ ਨੇ ਉਧਰ ਭਾਜਪਾ ਵਿਰੋਧੀ ਜਿਹੜੇ ਦਲ ਨੇ ਉਹ ਇਕੱਠੇ ਹੋਣ ਲੱਗੇ ਨੇ ਤੇ ਨਾਲ ਕਹਿੰਦੇ ਵੀ ਮੋਦੀ ਸਾਹਿਬ ਤਾਂ ਚਾਉਂਦੀ ਇਹੋ ਸੀ ਬਿਲਕੁਲ ਇਹਦੇ ਵਿੱਚ ਕੋਈ ਦੂ राय ਨਹੀਂ ਜੀ ਕਿ ਇਸ ਮੌਕੇ ਵਿਰੋਧੀ ਦਲ ਇਕੱਠੇ ਹੋ ਰਹੇ ਨੇ ਖਾਸ ਕਰਕੇ 224 ਦੀਆਂ ਚੋਣਾਂ ਨੂੰ ਲੈ ਕੇ ਜਿਵੇਂ ਨਤੀਸ਼ ਤੇ ਮਮਤਾ ਕੇਜਰੀਵਾਲ ਆਪਣੀ ਅੱਡ ਡੱਫਲੀ ਬਿਜਾਰੇ ਸੀ ਰਾਹੁਲ ਗਾਂਧੀ ਤੇ ਕੁਝ ਹੋਰ ਟੀਮਾਂ ਉਹਨਾਂ ਦੀਆਂ ਅੱਡ ਅੱਡ ਫਿਰਦੇ ਸੀ ਤੇ ਹੁਣ ਪਰ ਨਤੀਸ਼ ਅਚਾਨਕ ਰਾਹੁਲ ਗਾਂਧੀ ਕੋਲ ਪਹੁੰਚਦੇ ਨੇ ਉਹਨਾਂ ਨਾਲ ਲੰਬੀ ਬੈਠਕ ਹੁੰਦੀ ਹੈ ਤੇ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਮਮਤਾ ਕੇਜਰੀਵਾਲ ਵੀ ਕਹਿੰਦੇ ਇਕੱਠੇ ਹੋ ਜਾਣ ਜੀ ਇਹ ਸਾਰੇ ਦਲ 24 ਤੱਕ ਚੋਣਾਂ ਤੋਂ ਪਹਿਲਾਂ ਪਹਿਲਾਂ ਕਹਿੰਦੇ ਇਕੱਠੇ ਹੋ ਕੇ ਜਾਂ ਮਤਲਬ ਕਿ ਇੱਕ ਸਾਂਝੇ ਪ੍ਰੋਗਰਾਮ ਤਹਿਤ ਕਿ ਜਿੱਥੋਂ ਅਸੀਂ ਲੜਾਂਗੇ ਉੱਥੇ ਤੁਸੀਂ ਨਹੀਂ ਜਿੱਥੇ ਤੁਸੀਂ ਲੜੋਗੇ ਉੱਥੇ ਅਸੀਂ ਨਹੀਂ ਇਹੋ ਜਿਹਾ ਕਿਸੇ ਫਾਰਮੂਲੇ ਤੇ ਤਾਂ ਕਿ ਭਾਜਪਾ ਨੂੰ ਕੇਰੇ ਜਾ ਸਕੇ ਆਪਾਂ ਇਕੱਠੇ ਹੋ ਜੀ ਇਹਦੀ ਕਵਾਇ ਦੇ ਵਿੱਚ ਕੱਲ ਦੀ ਬੈਠਕ ਨੂੰ ਦੇਖਿਆ ਜਾ ਰਿਹਾ ਜਿਹੜੀ ਨਤੀਸ਼ ਖੜਗੇ ਤੇ ਰਾਹੁਲ ਵਿਚਾਰੇ ਹੋਈ ਹੈ ਠੀਕ ਹੈ ਪਰ ਤੁਹਾਡਾ ਦੂਆ ਸਵਾਲ ਇਹ ਤੋਂ ਵੀ درست ਹੈ ਕਿ ਕਹਿੰਦੇ ਕਿ ਭਾਜਪਾ ਜਾਂ ਨਰਿੰਦਰ ਮੋਦੀ ਚਾਹੁੰਦੇ ਨੇ ਕਿ 224 ਦੇ ਵਿੱਚ ਵਿਰੋਧੀ ਦਲ ਇਕੱਠੇ ਹੋ ਜਾਣ ਹੂੰ ਕਿ ਉਹਨਾਂ ਦੀ ਚੋਣ ਪ੍ਰਚਾਰ ਦੀ ਨੀਤੀ ਆ ਕਿ ਜੇ ਕੱਲ ਤਾਂ ਰਾਹੁਲ ਕੱਲਾ ਆ ਤਾਂ ਰਾਹੁਲੂ ਵੀ ਘੇਰ ਲਾਂਗੇ ਤੇ ਜੇਕਰ ਵਿਰੋਧੀ ਦਲ ਇਕੱਠੇ ਹੋ ਕੇ ਆਏ ਫਿਰ ਅਸੀਂ ਘੇਰਾਂਗੇ ਦੇਖੋ ਜੀ ਇਹ ਤਾਂ ਸਾਰੇ ਪ੍ਰਸ ਨੇ ਹੂੰ ਤਾਂ ਇਕੱਠੇ ਹੋਏ ਨਹੀਂ ਚੋਰ ਚੋਰ ਮਸੇਰੇ ਭਾਈ ਨੇ ਜੀ ਇਹ ਤਾਂ ਠੀਕ ਹੈ ਕਿਉਂਕਿ ਹਰੇਕ ਦੇ ਮਗਰ ਈਡੀਆ ਹਰੇਕ ਦੇ ਮਗਰ ਸੀਬੀਆਈ ਆ ਹਰੇਕ ਦੇ ਮਗਰ ਇਨਕਮ ਟੈਕਸ ਆ ਤੇ ਇਹ ਜਿਹੀਆਂ ਕੇਂਦਰੀ ਏਜੰਸੀ ਜਿਹੜੀਆਂ ਲੱਗੀਆਂ ਨੇ ਤੇ ਉਹ ਕੇਂਦਰੀ ਏਜੰਸੀਆਂ ਦੇ ਫਿਰ ਰਿਕਾਰਡ ਦਿਖਾਉਣਗੇ ਦੇਖੋ ਜੀ ਇਹਦੇ ਖਿਲਾਫ ਸੀਬੀਈ ਦੇ ਇੰਨੇ ਮਾਮਲੇ ਇਹਦੇ ਇੰਨੇ ਛਾਪੇ ਇਹਦੀ ਇੰਨੀ ਬਰਾਮਦਗੀ ਜਦੋਂ ਕਿ ਸਾਬਤ ਬਾਅਦ ਚ ਹੁੰਦਾ ਨਹੀਂ ਹੁੰਦਾ ਬਾਅਦ ਦੀ ਗੱਲ ਹੈ ਮਨਮੋਹਨ ਸਰਕਾਰ ਦੇ ਸਮੇ ਸਾਰੇ ਕੱਪੜੇ ਘਣਾਉਂਦੇ ਸੀ ਬੀਜੇਪੀ ਨੇ ਬਾਅਦ ਚ ਕਿੰਨੇ ਕਿਸਰੇ ਲੱਗੇ ਨੇ ਦੱਸ ਦੋ ਮੈਨੂੰ ਹੂੰ ਸੋ ਉਸੇ ਤਰ੍ਹਾਂ ਹੁਣ ਮ ਇਸ ਗੱਲ ਦੀ ਰਣਨੀਤੀ ਤੇ ਕੰਮ ਕਰੇ ਕਿ ਜੇਕਰ ਵਿਰੋਧੀ ਦਲ ਇਕੱਠੇ ਹੁੰਦੇ ਨੇ ਤਾਂ ਇਕੱਠਿਆਂ ਨੂੰ ਨਿਸ਼ਾਨਾ ਬਣਾਉਣਾ ਸਾਨੂੰ ਆਸਾਨ ਹੈ ਹੂੰ ਇਕੱਠਿਆਂ ਨੂੰ ਇੱਕੋ ਲਾਈਨ 'ਚ ਕੱਲੇ-ਕੱਲੇ ਨੂੰ ਆੜੜਾ ਬਣਨ ਨਹੀਂ ਦਿੱਜੇ ਔਰ ਇਹਦਾ ਸੰਕੇਤ ਖੁਦ ਮੋਦੀ ਜੀ ਨੇ ਦਿੱਤਾ ਜੀ ਅਸਲ 'ਚ ਇਹਨਾਂ ਦਾ ਜਿਹੜਾ ਹੈੱਡਕੁਆਟਰ ਆ ਨਾ ਆਰਐਸਐਸ ਦਾ ਹੈ ਨਾ ਭਾਜਪਾ ਦਾ ਰਾਸੀ ਜਿਹੜਾ ਹੈੱਡਕੁਆਟਰ ਹੈ ਇਹਨਾਂ ਦਾ ਭਾਰਤੀ ਜਨਤਾ ਪਾਰਟੀ ਦਾ ਉਹਦਾ ਇਨਸਟੈਂਸ਼ਨ ਦਾ ਉਦਘਾਟਨ ਸੀਗਾ ਹੂੰ ਤੇ ਉਹਦੇ ਉਦਘਾਟਨ ਤੇ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਸੰਕੇਤ ਦਿੱਤਾ ਹੂੰ ਤੇ ਉਹ ਸੰਕੇਤ ਦੇ ਵਿੱਚ ਉਹਨਾਂ ਨੇ ਬਕਾਇਦਾ ਇਹ ਕਿਹਾ ਕਿ ਇਹ ਪਾਰਟੀਆਂ ਜੇ ਇਕਜੁੱਟ ਹੁੰਦੀਆਂ ਨੇ ਤਾਂ ਆਪਣੇ ਲਈ ਲਾਹੇਵੰਦ ਨੇ ਕਿਉਂਕਿ ਸਾਰੇ ਭ੍ਰਸ਼ਟਾਚਾਰੀ ਇਕੱਠੇ ਹੋ ਜਾਣਗੇ ਤਾਂ ਫਿਰ ਇਹਨਾਂ ਦੇ ਖਿਲਾਫ ਮਤਲਬ ਕਿ ਆਪਾਂ ਪ੍ਰਚਾਰ ਵਧੀਆ ਤੰਗ ਨਾ ਕਰ ਸਕਣ ਇਸ ਲਈ ਇਕੱਠੇ ਹੋ ਜਾਣ। ਸੋ ਇਹਦਾ ਮਤਲਬ ਕੀ ਬੀਜੇਪੀ ਚਾਹੁੰਦੀ ਆ? ਹੂੰ ਕਿ ਤਾਂਕਿ ਸਾਨੂੰ ਮੁੱਦਿਆਂ ਤੇ ਸਾਨੂੰ ਆਪਣੇ ਬਾਧਿਆਂ ਤੇ ਨਾਲ ਲੜਨਾ ਪਵੇ। ਕੱਲੇ-ਕੱਲੇ ਦੇ ਖਿਲਾਫ ਭੰਡੀ ਪ੍ਰਚਾਰ ਕਰਨ ਦੀ بجائے ਇੱਕ ਪੈਕੇਜ 'ਚ ਭੰਡੀ ਪ੍ਰਚਾਰ ਕਰਾਂਗੇ ਸੋ ਇਸ ਲਈ ਉਹ ਇਸ ਨੀਤੀ ਤੇ ਪਹਿਲਾਂ ਤੋਂ ਤਿਆਰੀ ਕਰ ਰਹੀ ਹੈ ਕਿ ਇਹਨਾਂ ਨੂੰ ਪਤਾ ਹੈ ਕਿ ਇਕੱਠੇ ਹੋਣਗੇ ਇਹ ਇਕੱਠੇ ਹੋਣਗੇ ਕਿ ਭਾਜਪਾ ਦੀਆਂ ਨੀਤੀਆਂ ਨੂੰ ਭੰਡੀ ਇਹ ਇਕੱਠੇ ਹੋ ਕੇ ਲੜੀਏ ਉਹ ਕਹਿੰਦੇ ਕੋਈ ਗੱਲ ਨਹੀਂ ਕਾਂਗਰਸ ਤੇ ਸਮਾਜਵਾਦੀ ਪਾਰਟੀ ਨੇ ਲੜ ਕੇ ਦੇਖ ਹੀ ਲਿਆ ਇਕੱਠੇ ਜੀ ਕੀ ਬਣਿਆ ਕਹਿੰਦੇ ਸੋ ਇਸੇ ਤਰ੍ਹਾਂ ਉਹ ਕਹਿੰਦੇ ਕਿ ਕਾਂ ਤ੍ਰਿਪੁਰਾਚੀਂ ਕਾਂਗਰਸ ਦੇ ਖੱਬੀਆਂ ਪਾਰਟੀਆਂ ਇਕੱਠੇ ਹੋ ਕੇ ਲੜ ਕੇ ਦੇਖੀ ਲਿਆ ਕੀ ਬਣਿਆ ਜੀ ਸੋ ਇਸ ਲਈ ਕਹਿੰਦੇ ਜੇ ਸਾਰੀਆਂ ਵੀ ਇਕੱਠੀਆਂ ਹੋ ਜਾਣਗੀਆਂ ਆਪਣੇ ਕੋਲ ਇਹਨਾਂ ਦੇ ਖਿਲਾਫ ਬੰਬਾਰੀ ਰਾਜਨੀ ਤੇ ਆਪਾਂ ਫਿਰ ਉਹ ਸੀਬੀਆਈ ਈਡੀ ਤੇ ਜਿਹੜੀਆਂ ਇਨਕਮ ਟੈਕਸ ਵਾਲੇ ਕੇਸ ਨੇ ਉਹਨਾਂ ਦੇ ਹਵਾਲੇ ਨਾਲੇ ਆਪਾਂ ਇਹਨਾਂ ਨੂੰ ਕੇ ਰਵੰਦੀ ਕਰ ਲਾਂਗੇ ਸੋ ਬਿਲਕੁਲ ਤੁਹਾਡੀ ਗੱਲ درست ਹੈ ਜੀ ਉਧਰ ਵਿਰੋਧੀ ਧਰਬੀ 124 ਧਿਆਨ ਚ ਰੱਖਨੇ ਹੈ ਭਾਜਪਾ ਦੇ ਖਿਲਾਫ ਘੱਟੇ ਹੋਣ ਦੀ ਰਣਨੀਤੀ ਤੇ ਕੰਮ ਕਰ ਰਹੇ ਨੇ ਉਧਰ ਬੀਜੇਪੀ ਇਸ ਤਰ੍ਹਾਂ ਦੀ ਨੀਤੀ ਤੇ ਕੰਮ ਕਰੀ ਕਿ ਜੇਕਰ ਕਰਤੇ ਹੋਗੇ ਤਾਂ ਆਪਾਂ ਇਹਨਾਂ ਦੇ ਖਿਲਾਫ ਪ੍ਰਚਾਰ ਕਿਵੇਂ ਕਰਨਾ ਇਹ ਰਣਨੀਤੀਆਂ ਘਟ ਹੋ ਰਹੀਆਂ ਨੇ ਦੋਨੋਂ ਪਾਸਿਓਂ ਦੇਖੋ ਕਿਹਦਾ ਜਿਹੜਾ ਉਹ ਪੈਂਤੜਾ ਜਿਹੜਾ ਉਹ ਸਹੀ ਬੈਠੂਗਾ